ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ fatahe.com ਤੇ ਤੁਹਾਡਾ ਸਵਾਗਤ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਕੁਝ ਮੈਟਲ ਪਲੂਟੈਂਟਸ ਜਿਹੜੇ ਹੁੰਦੇ ਨੇ ਐਂਡ ਉਹਨਾਂ ਦੇ ਨਾਲ ਕੁਝ ਡਿਜ਼ੀਜ਼ਸ ਐਸੋਸੀਏਟਿਡਸ ਨੇ ਉਹਨਾਂ ਦੇ ਬਾਰੇ ਗੱਲ ਕਰੂੰਗੀ ਐਂਡ ਤੁਸੀਂ ਪੀワイਕਿਊਸ ਉਠਾ ਕੇ ਦੇਖੋ ਤੇ ਬਹੁਤ ਸਾਰੇ ਕੁਐਸਚਨਸ ਜਿਹੜੇ ਨੇ ਇਸ ਟੌਪਿਕ ਦੇ ਵਿੱਚੋਂ ਪੁੱਛੇ ਜਾਂਦੇ ਨੇ ਸੋ ਸਭ ਤੋਂ ਕਾਮਨ ਮੈਟਲ ਹੈਗਾ ਜਿਹਦੇ ਬਾਰੇ ਕੁਐਸਚਨ ਪੁੱਛਿਆ ਵੀ ਗਿਆ ਬਹੁਤ ਵਾਰੀ ਮਰਕਰੀ ਸੋ ਮਰਕਰੀ ਦੇ ਨਾਲ ਜਿਹੜੀ ਡਿਜ਼ੀਜ਼ ਐਸੋਸੀਏਟਿਡ ਆ ਉਹ ਹੈਗੀ ਹੈ ਮਿਨੀਮਾਟਾ ਡਿਜ਼ੀਜ਼ ਠੀਕ ਹੈ देन ਉਸ ਤੋਂ ਬਾਅਦ ਆਪਾਂ ਗੱਲ ਕਰਦੇ ਇੱਕ ਹੋਰ ਮੈਟਲ ਦੀ ਜਿਹਨੂੰ ਆਪਾਂ ਕੈਡਮੀਅਮ ਬੋਲਦੇ ਆਂ ਸੋ ਕੈਡਮੀਅਮ ਦੇ ਨਾਲ ਜਿਹੜੀ ਡਿਜ਼ੀਜ਼ ਐਸੋਸੀਏਟਿਡ ਹੈਗੀ ਆ 댓 ਇਜ਼ ਤਾਈਤਾਈ ਐਂਡ ਇਹਨੂੰ ਜਿਹੜਾ ਆ ਆਪਾਂ ਕਿਤੇ ਤਾਈਤਾਈ ਬੋਲ ਲਿਖਿਆ ਹੁੰਦਾ ਕਿਤੇ ਆਊਚ ਆਊਚ ਡਿਜ਼ੀਜ਼ ਵੀ ਲਿਖਿਆ ਹੁੰਦਾ ਠੀਕ ਹੈ ਸੋ ਇੱਕੋ ਹੀ ਚੀਜ਼ ਐ ਸੋ ਇਹ ਜਿਹੜੀ ਐ ਕਾਫੀ ਵਾਰੀ ਪੇਪਰਾਂ ਦੇ ਵਿੱਚ ਪੁੱਛੀ ਜਾਂਦੀ ਐ ਇਹ ਡਿਜ਼ੀਜ਼ ਜਿਹੜੀ ਐ ਬੇਸਿਕਲੀ ਸਾਡੇ ਬੋਨਸ ਤੇ ਸਾਡੇ ਜਿਹੜੇ ਜੋਇੰਟਸ ਨੇ ਉਹਨਾਂ ਨੂੰ ਹਾਰਮ ਪਹੁੰਚਾਉਂਦੀ ਆ ਬਹੁਤ ਹੀ ਜ਼ਿਆਦਾ ਪੇਨਫੁਲ ਹੋ ਜਾਂਦੀਆਂ ਨੇ ਹੱਡੀਆਂ ਦੁਖਦੀਆਂ ਨੇ ਜੋਇੰਟਸ ਦੁਖਦੇ ਆ ਥੈਨ ਉਸ ਤੋਂ ਬਾਅਦ ਲੈਡ ਦੀ ਗੱਲ ਕਰੀਏ ਤਾਂ ਲੈਡ ਜਿਹੜਾ ਆ ਇਹ ਵੈਸੇ ਤਾਂ ਅਨੀਮੀਆ ਵੀ ਹੁੰਦਾ ਹੈ ਇਹ ਦੇ ਕਰਕੇ ਐਂਡ ਇੱਕ ਬਹੁਤ ਹੀ ਕਾਮਨ ਚੀਜ਼ ਜਿਹੜੀ ਦੇਖੀ ਜਾਂਦੀ ਹੈ ਤੇ ਜਿਹੜਾ ਜਿਹੜਾ ਜਦੋਂ ਲੈਡ ਐਜ਼ ਆਪਾਂ ਪਲੂਟੈਂਟ ਦੀ ਗੱਲ ਕਰਦੇ ਆ ਤੇ ਜਿਹੜੇ ਸਾਡੇ ਗামਸ ਨੇ ਉਹਨਾਂ ਦੇ ਅਰਾਊਂਡ ਇੱਕ ਬਲੂਇਸ਼ ਲਾਈਨ ਜਿਹੜੀ ਹੈ ਉਹ ਕ੍ਰੀਏਟ ਹੋ ਜਾਂਦੀ ਹੈ ਠੀਕ ਹੈ ਥੈਨ ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਆ ਨਾਈਟ੍ਰੇਟਸ ਦੀ ਸੋ ਐਕਸੈਸ ਜਿਹੜੇ ਨਾਈਟ੍ਰੇਟਸ ਨੇ ਠੀਕ ਹੈ ਅਗਰ ਉਹ ਸਾਡੇ ਡਰਿੰਕਿੰਗ ਵਾਟਰ ਦੇ ਵਿੱਚ ਮਿਲਣ ਜਿਹੜਾ ਸਾਡਾ ਪੀਣ ਵਾਲਾ ਪਾਣੀ ਹੁੰਦਾ ਆ ਜਦੋਂ ਉਹਦੇ ਵਿੱਚ ਪਾਏ ਜਾਂਦੇ ਆ ਤੇ ਉਹ ਫਿਰ ਸਾਡੇ ਜਿਹੜੇ ਜਦੋਂ ਆਪਾਂ ਉਹਨੂੰ ਪੀ ਲੈਨੇ ਹ ਉਸ ਪਾਣੀ ਨੂੰ ਤੇ ਸਾਡੇ ਜਿਹੜੇ ਬਲੱਡ ਦੇ ਵਿੱਚ ਐਚਬੀ ਹੁੰਦੀ ਆ ਜਿਹਨੂੰ ਆਪਾਂ ਹੀਮੋਗਲੋਬਿਨ ਬੋਲਦੇ ਆ ਸੋ ਉਹਦੇ ਨਾਲ ਇੰਟਰੈਕਟ ਕਰਕੇ ਉਹ ਇੱਕ ਫੰਕਸ਼ਨਲ ਮੈਥਮੋਗਲੋਬਿਨ ਬਣਾਉਂਦਾ ਆ ਠੀਕ ਹੈ ਮੈਥਮੋਗਲੋਬਿਨ ਬਣਾਉਂਦਾ ਆ ਸੋ ਇਹਦੇ ਨਾਲ ਕੀ ਹੁੰਦਾ ਹੈ ਮੈਥਮੋਗਲੋਬਿਨ ਜਿਹੜਾ ਸਾਡਾ ਆਕਸੀਜਨ ਟਰਾਂਸਪੋਰਟ ਹੁੰਦਾ ਆ ਉਹਨੂੰ ਹੈਂਪਰ ਠੀਕ ਹੈ ਐਂਡ ਇਸ ਕੰਡੀਸ਼ਨ ਨੂੰ ਆਪਾਂ ਬੋਲਦੇ ਆ ਮیثਹੈਮੋਗਲੋਬਿਨ ਨੀਮੀਆ ਮیثਹੈਮੋ ਗਲੋਬਿਨ ਨੀਮੀਆ ਮਤਲਬ ਇੱਕ ਤਰ੍ਹਾਂ ਦਾ ਨੀਮੀਆ ਹੀ ਕਹਿ ਲਓ ਠੀਕ ਹੈ ਐ ਜਾਂ ਫਿਰ ਇਹਨੂੰ ਕਹਿੰਦੇ ਆਪਾਂ ਬਲੂ ਬੇਬੀ ਸਿੰਡਰਮ ਕੀ ਕਹਿੰਦੇ ਆ ਬਲੂ ਬੇਬੀ ਸਿੰਡਰਮ ਸੋ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆ ਜੇ ਕਿ ਬਲੂ ਬੇਬੀ ਸਿੰਡਰਮ ਕਿਹਦੇ ਨਾਲ ਹੁੰਦਾ ਆ ਸੋ ਆਪਸ਼ਨ ਲਿਖੀ ਹੋਏਗੀ ਨਾਈਟ੍ਰੇਟਸ ਠੀਕ ਹੈ ਦੈਨ ਉਸ ਤੋਂ ਬਾਅਦ ਆਪਾਂ ਨੈਕਸਟ ਪਲੂਟੈਂਟ ਦੀ ਗੱਲ ਕਰਾਂਗੇ ਉਹ ਹੈਗਾ ਆ ਫਲੋਰਾਈਡ ਸੋ ਫਲੋਰਾਈਡ ਜਿਹੜਾ ਆ ਇੱਕ ਤੇ ਸਾਡੀ ਜਿਹੜੀ ਤੀਤ ਨੇ ਉਹਨਾਂ ਨੂੰ ਡੀਫਾਰਮ ਕਰ ਦਿੰਦਾ ਉਹਨਾਂ ਦੀ ਸ਼ੇਪ ਜਿਹੜੀ ਆ ਉਹਦੀ ਮਤਲਬ ਵਿਗਾੜ ਦਿੰਦਾ ਆ ਸਾਡੀਆਂ ਹੱਡੀਆਂ ਜਿਹੜੀਆਂ ਆ ਉਹਨਾਂ ਨੂੰ ਹਾਰਡਨ ਕਰ ਦਿੰਦਾ ਹੈ ਸਖਤ ਕਰ ਦਿੰਦਾ ਆ ਠੀਕ ਹੈ ਹਾਰਡਨਿੰਗ ਆਫ ਬੋਨਸ ਇਸ ਤੋਂ ਇਲਾਵਾ ਇੱਕ ਬਹੁਤ ਹੀ ਜ਼ਬਰਦਸਤ ਜੋਇੰਟਸ ਦੀ ਪੇਨਫੁੱਲ ਜੋਇੰਟਸ ਦੀ ਜਿਹੜੀ ਡਿਜ਼ੀਜ਼ ਆ ਜਿਹਨੂੰ ਆਪਾਂ ਸਕੈਲਟਲ ਫਲੋਰੋਸਿਸ ਵੀ ਬੋਲਦੇ ਆ ਸਕੈਲਟਲ ਫਲੋਰੋਸਿਸ ਠੀਕ ਹੈ flu roses r o s i s so ਇਹਨੂੰ ਜਿਹੜਾ ਆ ਨੀ ਨੌਕ ਸਿੰਡਰਮ ਵੀ ਬੋਲਦੇ ਆ ਹੁਣ ਤੁਹਾਨੂੰ ਪੇਪਰ ਦੇ ਵਿੱਚ ਆ ਜੇ ਕਿ ਨੀ ਨੌਕ ਸਿੰਡਰਮ ਜਿਹੜਾ ਆ ਇਹ ਕਿਸ ਪਲੂਟੈਂਟ ਦੇ ਕਰਕੇ ਹੁੰਦਾ ਆ ਇਹ ਕਿਸ ਚੀਜ਼ ਦੀ ਐਕਸੈਸ ਦੇ ਕਰਕੇ ਹੁੰਦਾ ਆ ਸੋ ਹੁੰਦਾ ਹੈ ਫਲੋਰਾਈਡ ਠੀਕ ਹੈ ਸੋ ਬਲੂ ਬੇਬੀ ਸਿੰਡਰਮ ਆਪਾਂ ਪੜਿਆ ਨਾਈਟ੍ਰੇਟਸ ਦੇ ਕਰਕੇ ਤੇ ਨੀਨੋਕ ਸਿੰਡਰਮ ਜਿਹੜਾ ਆ ਫਲੋਰਾਈਡ ਦੇ ਕਰਕੇ ਹੁੰਦਾ ਆ ਠੀਕ ਹੈ ਮੈਕਸਿਮਮ ਜਿਹੜਾ ਫਲੋਰਾਈਡ ਲੈਵਲ ਆ ਹਿਊਮਨ ਬੋਡੀ ਜਿਹੜੀ ਟੋਲਰੇਟ ਕਰ ਸਕਦੀ ਆ ਉਹ ਹੁੰਦਾ ਆ 1.5 ਪੀਪੀਐਮ ਪੀਪੀਐਮ ਮੀਨਸ ਪਾਰਟਸ ਪਰ ਮਿਲੀਅਨ ਪਾਰਟਸ ਪਰ ਮਿਲੀਅਨ ਸੋ ਇਹ ਉਹ ਰੇਂਜ ਆ ਜਿਹੜੀ ਕਿ ਸਾਡਾ ਹਿਊਮਨ ਬੋਡੀ ਟੋਲਰੇਟ ਕਰ ਸਕਦਾ ਆ ਉਸ ਤੋਂ ਬਾਅਦ ਗੱਲ ਕਰਦੇ ਆ ਆਰਸੈਨਿਕ ਦੀ ਸੋ क्रोनिक एक्सपोजर ਜਿਹੜਾ ਆਰਸੈਨਿਕ ਨੂੰ ਆ ਉਹਦੇ ਨਾਲ ਬਲੈਕ ਫੁੱਟ ਡਿਜ਼ੀਜ਼ ਹੁੰਦੀ ਆ ਬਲੈਕ ਫੁੱਟ ਡਿਜ਼ੀਜ਼ ਹੁੰਦੀ ਆ ਠੀਕ ਹੈ ਸੋ ਇਸ ਤੋਂ ਇਲਾਵਾ ਹੁਣ ਆਪਾਂ ਕੁਝ ਇਹਨਾਂ ਵਿੱਚੋਂ ਮੈਟਲਸ ਦੀ ਵੀ ਗੱਲ ਕੀਤੀ ਜਿਹੜੇ ਕਿ ਟੌਕਸਿਕ ਮੈਟਲ ਸੀਗੇ ਸੋ ਇਹਨਾਂ ਵਾਸਤੇ ਇੱਕ ਵੀਡ ਹੁੰਦਾ ਆ ਜਿਹੜਾ ਕਿ ਇਕੁਐਟਿਕ ਵੀਡ ਆ ਠੀਕ ਹੈ ਜਿਹੜੀ ਕਿ ਇੱਕ ਇਨਵੇਸਿਵ ਸਪੀਸੀਜ਼ ਵੀ ਆ ਐਸ ਵੈਲ ਇੰਡੀਆ ਦੇ ਵਿੱਚ ਵਾਟਰ ਹਿਆਸਨ ਸੋ ਇਹ ਉਹ ਜੇ ਪਾਣੀ ਨੂੰ ਜਿਹੜਾ ਆ ਪਿਉਰੀਫਾਈ ਕਰਨ ਦੀ ਸ਼ਮਤਾ ਰੱਖਦਾ ਹੈ ਠੀਕ ਹੈ ਜੀ ਸੋ ਆਈ ਹੋਪ ਕਿ ਤੁਹਾਨੂੰ ਵੀਡੀਓ ਜਿਹੜੀ ਹੈ ਵਧੀਆ ਲੱਗੀ ਹੋਗੀ ਐਂਡ ਤੁਹਾਨੂੰ ਜਿਹੜਾ ਬੈਨੀਫਿਟ ਜ਼ਰੂਰ ਹੋਊਗਾ ਇਸ ਛੋਟੀ ਜੀ ਵੀਡੀਓ ਨਾਲ ਸੋ ਦੈਟ ਵਾਸ 올 ਥੈਂਕ ਯੂ ਸੋ ਮਚ